ਸਵੱਛ ਭਾਰਤ ਅਭਿਆਨ ਨੂੰ ਲੈ ਕੇ ਸ਼ਹਿਰ ਦੀ ਖੂਬਸੂਰਤੀ ਵਿੱਚ ਭਲੇ ਹੀ ਪਟਿਆਲਾ 411ਵੇਂ ਸਥਾਨ ਤੇ ਆਇਆ ਹੈ, ਪਰ ਹੁਣ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਦਾ ਬੀੜਾ ਪਟਿਆਲੇ ਦੀ ਵਾਤਾਵਰਣ ਵੈਲਫੇਅਰ ਸੰਸਥਾ ਨੇ ਆਪਣੇ ਕੰਧੇ ਤੇ ਚੱਕਿਆ ਹੈ, ਜਿਸ ਦੀ ਸ਼ੁਰੂਆਤ ਉਹਨਾਂ ਨੇ ਬੱਸ ਸਟੈਂਡ ਤੋਂ ਕੀਤੀ ਹੈ, ਕਿਉਂਕਿ ਕਿਸੇ ਵੀ ਸ਼ਹਿਰ ਦੀ ਖੂਬਸੂਰਤੀ ਅਤੇ ਬਦਸੂਰਤੀ ਉੱਥੋਂ ਦੇ ਬੱਸ ਸਟੈਂਡ ਨੂੰ ਦੇਖ ਕੇ ਲਗਾਈ ਜਾ ਸਕਦੀ ਹੈ। ਪਟਿਆਲਾ ਸੰਗਰੂਰ ਰੋਡ ਤੇ ਬਣੇ ਇਸ ਬੱਸ ਸਟਾਪ ਤੇ ਅਗਰ ਕੋਈ ਪਹਿਲਾਂ ਦੇਖਦਾ ਤਾਂ ਸ਼ਾਇਦ ਇੱਥੇ ਬੈਠਣਾ ਵੀ ਪਸੰਦ ਨਾ ਕਰਦਾ, ਪਰ ਅੱਜ ਇਸ ਨਿੱਜੀ ਸੰਸਥਾ ਦੇ ਵਿਦਿਆਰਥੀ ਅਤੇ ਮੈਂਬਰਾਂ ਨੇ ਮਿਲ ਕੇ ਇਸ ਬੱਸ ਸਟੈਂਡ ਦੀ ਖੂਬਸੂਰਤੀ ਬਣਾਉਣ ਦਾ ਬੀੜਾ ਉਠਾਇਆ ਹੈ। ਬੱਚਿਆਂ ਨੇ ਹੱਥਾਂ ਵਿੱਚ ਪੇਂਟ ਬ੍ਰਸ਼ ਫੜਿਆ ਅਤੇ ਬੱਸ ਸਟੈਂਡ ਤੇ ਪੇਂਟਿੰਗ ਕਰਨਾ ਸ਼ੁਰੂ ਕਰ ਦਿੱਤਾ। ਹਰ ਇੱਕ ਨੇ ਆਪਣੇ ਦਿਮਾਗ ਤੋਂ ਬਣੇ ਹੋਏ ਚਿੱਤਰ ਇੱਥੇ ਬਣਾ ਦਿੱਤੇ, ਜਿਸ ਨਾਲ ਬੱਸ ਸਟੈਂਡ ਦੀ ਨੁਹਾਰ ਹੀ ਬਦਲ ਗਈ। ਸੰਸਥਾ ਦੇ ਮੁੱਖ ਮੈਂਬਰ ਦੇ ਅਨੁਸਾਰ ਉਹਨਾਂ ਨੇ ਆਪਣੇ ਸ਼ਹਿਰ ਨੂੰ ਸੁੰਦਰ ਬਣਾਉਣ ਦਾ ਬੀੜਾ ਇਸ ਲਈ ਚੱਕਿਆ ਹੈ ਕਿਉਂਕਿ ਕੁਝ ਸਮੇਂ ਪਹਿਲਾਂ ਪਟਿਆਲਾ ਨੂੰ ਖੂਬਸੂਰਤ ਸ਼ਹਿਰਾਂ ਵਿੱਚੋਂ 411ਵਾਂ ਸਥਾਨ ਹਾਸਲ ਹੋਇਆ ਸੀ, ਜਿਸ ਤੋਂ ਬਾਅਦ ਉਹਨਾਂ ਨੇ ਕੁਝ ਅਲੱਗ ਕਰਨ ਦੀ ਚਾਹਤ ਨੂੰ ਲੈ ਕੇ ਆਪਣੇ ਸਾਥੀਆਂ ਨਾਲ ਗੱਲ ਕੀਤੀ ਅਤੇ ਪਟਿਆਲੇ ਦੇ ਏਦਾਂ ਦੇ 16 ਬੱਸ ਸਟੈਂਡਾਂ ਨੂੰ ਖੂਬਸੂਰਤ ਬਣਾ ਦਿੱਤਾ। ਉਹਨਾਂ ਦੇ ਅਨੁਸਾਰ ਉਹਨਾਂ ਦਾ ਇੱਕ ਹੀ ਸੁਪਨਾ ਹੈ, ਜਦੋਂ ਦੁਬਾਰਾ 2018 ਵਿੱਚ ਦੇਸ਼ ਦੇ ਸ਼ਹਿਰਾਂ ਵਿੱਚ ਖੂਬਸੂਰਤ ਸ਼ਹਿਰਾਂ ਦਾ ਅੰਕ ਚੁਣਿਆ ਜਾਵੇ ਤਾਂ ਪਟਿਆਲਾ ਪਹਿਲੇ ਸਥਾਨ ਤੇ ਆਏ। ਕੇ ਪਾਸ ਆਈ ਥੀ ਪੇਂਟਿੰਗ ਕੇ ਲਿਏ ਐਂਡ ਉਹਨੇ ਮੁਝੇ ਸਪੋਰਟ ਕੀ ਹੈ, ਤੋ ਫਿਰ ਹਮ ਪਰਿਆਵਰਨ ਸੋਸਾਇਟੀ ਕੇ ਅੰਡਰ ਹਮ ਕਰ ਰਹੇ ਹਾਂ ਐਂਡ ਇਸ ਸੇ ਹਮੇਂ ਬਹੁਤ ਅੱਛਾ ਲੱਗ ਰਿਹਾ ਕਰਨੇ ਸੇ ਐਂਡ ਹਮਾਰੀ ਜੋ ਇਹ ਹੋ ਰਹੀ ਹੈ ਹਮਨੇ ਬਹੁਤ ਕੀ ਹੈ, ਮੀਨਸ 15 ਬੱਸ ਸਟਾਪ ਕੀ ਹੈ ਐਂਡ ਜੈਸੇ ਹਮੇਂ ਲੱਗਤਾ ਥਾ ਕਿ ਗਵਰਨਮੈਂਟ ਜੋ ਹੈ ਹਮੇਂ ਕਾਫੀ ਸਪੋਰਟ ਕਰੇਗੀ ਇਸਮੇਂ, ਕਿਉਂਕਿ ਦੇਖ ਕੇ ਕਿਉਂਕਿ ਪਟਿਆਲੇ ਮੇਂ ਕਭੀ ਐਸਾ ਹੁਆ ਵੀ ਨਹੀਂ ਹੈ, ਇਹ ਫਸਟ ਟਾਈਮ ਹੈ ਜੋ ਹੋ ਰਿਹਾ ਹੈ ਐਂਡ ਕਾਫੀ ਅੱਛਾ ਵੀ ਲੱਗ ਰਿਹਾ ਹਮੇਂ ਕਰਨੇ ਕੇ ਲੀਏ। ਖੈਰ ਹਮੇਂ ਇਤਨਾ ਤੋ ਕੋਈ ਹੈ ਨਹੀਂ, ਬਟ ਅਗਰ ਸੋਸਾਇਟੀ ਮੇਂ ਜੋ ਆਪਣੀ ਗਵਰਨਮੈਂਟ ਹੈ ਵੋ ਅਗਰ ਸਪੋਰਟ ਜ਼ਿਆਦਾ ਕਰਤੀ ਤੋ ਹਮ ਕੁਛ ਔਰ ਅੱਛਾ ਕਰਤੇ ਐਂਡ ਮੇਰੀ ਇਹ ਉਨਸੇ ਰਿਕੁਐਸਟ ਹੈ ਕਿ ਥੋੜ੍ਹੀ ਸੀ ਹਮੇਂ ਸਪੋਰਟ ਕਰੇ ਜਿਸਸੇ ਹਮ ਔਰ ਵੀ ਆਪਣੀ ਪਟਿਆਲਾ ਸਿਟੀ ਕੋ ਅੱਛਾ ਬਣਾਏ ਐਂਡ ਆਈ ਵਾਂਟ ਕਿ ਜਿਹੜੀ ਬਾਹਰ ਦੇ ਜਿਹੜੇ ਲੋਕ ਨੇਗੇ ਬਾਹਰ ਦੇ ਜਿਹੜੀਆਂ ਜਿਵੇਂ ਸ਼ਹਿਰ ਹੋ ਗਏ ਕੋਈ ਹੋਰ ਹੋ ਗਏ ਐਂਡ ਮੈਂ ਚਾਹੁੰਦੀ ਕਿ ਉੱਥੋਂ ਦੇ ਜਿਹੜੇ ਲੋਕ ਨੇ ਅਸੀਂ ਆਪਣੇ ਪਟਿਆਲੇ ਨੂੰ ਇੰਨਾ ਸੋਹਣਾ ਬਣਾਈਏ ਕਿ ਉੱਥੋਂ ਦੇ ਜਿਹੜੇ ਲੋਕ ਨੇਗੇ ਉਹ ਸਾਡੇ ਆ ਕੇ ਪਟਿਆਲੇ ਨੂੰ ਸਪੈਸ਼ਲ ਦੇਖਣ ਆਉਣ। ਸਭ ਤੋਂ ਪਹਿਲੇ ਇਹ ਬਤਾਉਣਾ ਚਾਹੇਗੀ ਕਿ ਲਾਸਟ 3 ਮੰਥਸ ਨੂੰ ਹਮਾਰਾ ਇਹ ਕੈਂਪੇਨ ਚੱਲਦਾ ਹੈ, ਉਹ ਪਹਿਲੇ ਫੇਜ਼ ਮੇਂ ਹਮਨੇ 15 ਬੱਸ ਸਟੋਪ ਕੋ ਸਿਲੈਕਟ ਕੀਆ ਦਾ ਸਿਟੀ ਕੇ, ਯਹਾਂ ਪੇ ਦੋ ਕਨਸੈਪਟ ਹੈ ਇਸਕੋ ਕਰਨੇ ਕੇ। ਇੱਕ ਕਨਸੈਪਟ ਤੋ ਯੇ ਹੈ ਵੀ ਸਰਵਕਤਾ ਸਰਵੇਖਣ ਜੋ ਗਵਰਨਮੈਂਟ ਆਫ ਇੰਡੀਆ ਕੀ ਤਰਫ ਸੇ ਹੋਆ ਥਾ ਉਸਮੇਂ ਹਮਾਰਾ ਪੰਜਾਬ ਕੇ ਕਾਫੀ ਸ਼ਹਿਰੋਂ ਕਾ ਨੰਬਰ ਕਾਫੀ ਪਿੱਛੇ ਆਇਆ ਥਾ ਔਰ ਪਟਿਆਲਾ ਕਾ ਵੀ 411 ਨੰਬਰ ਆਇਆ ਥਾ। ਉਸਕੇ ਬਾਅਦ ਸੈਕੰਡ ਜੋ ਮੇਨ ਇੰਪੋਰਟੈਂਟ ਮੁੱਦਾ ਇਹ ਹੈ ਵੀ ਜਹਾਂ ਪਬਲਿਕ ਖੜੀ ਹੋ ਗਈ ਹੈ, ਮੰਨ ਲਓ ਆਟੋ ਸਟੋਪ ਹੈ ਬੱਸ ਸਟੋਪ ਹੈ, ਵਹਾਂ ਵੀ ਹਾਲਾਤ ਬਹੁਤ ਬੁਰੇ ਥੇ। ਹਮ ਲੋਕ ਜਬ ਵੀ ਵਹਾਂ ਪੇ ਜਹਾਂ ਪਬਲਿਕ ਬੈਠੇ ਹੈ ਉਨਕੋ ਪਿੱਛੇ ਜੋ ਮੋਲ ਹੈ ਜਾਂ ਬੱਸ ਸਟੋਪ ਉਸਕੀ ਕਮ ਸੇ ਕਮ ਸਫਾਈ ਤੋ ਤਾਂ ਕਿ ਲੋਕਾਂ ਕੋ ਸਵੱਛ ਲਗੇ ਵੀ ਹਮਾਰੇ ਜੋ ਸ਼ਹਿਰ ਹੈ ਕਲੀਨ ਹੈ। ਔਰ ਤੀਸਰਾ ਪੁਆਇੰਟ ਇਹ ਵੀ ਜੈਸੇ ਯਹਾਂ ਇਹ ਜੋ ਮਾਨਾ ਚੁੰਗ ਵਾਲਾ ਬੱਸ ਸਟੋਪ ਹੈ ਯਹਾਂ ਸੇ ਲੱਖੋਂ ਲੋਕ ਦਿੱਲੀ ਨਿਕਲ ਰਹੇ ਹੈ, ਉਨਕੋ ਅਗਰ ਇਹ ਸਾਫ਼ ਸਫਾਈ ਵਾਲਾ ਥਰੂ ਬੱਸ ਸਟੋਪ ਹਮ ਦਿਖਾਏਂਗੇ ਸਵੱਛ ਭਾਰਤ ਕਾ ਤਾਂ ਇੱਕ ਮੈਸੇਜ ਆਏਗੀ ਪਟਿਆਲਾ ਸ਼ਹਿਰ ਮੇਂ ਜਾਏ ਵਹਾਂ ਆਪ ਦੇਖੀ ਬੱਸ ਸਟੋਪ ਬਹੁਤ ਅੱਛੇ ਬਣੇ ਹੋਏ। ਇਹੀ ਹਮਾਰੇ 3-4 ਮੁੱਦੇ ਥੇ ਇਸਕੋ ਲੈਣੇ ਕੇ ਲੀਏ ਤਾਂ ਹਮ ਇਸਕੋ ਅੱਛਾ ਬਣਾ ਦੇਂਗੇ ਸ਼ਹਿਰ ਕੋ। ਪਟਿਆਲਾ ਤੋਂ SMR ਨਿਊਜ਼ ਦੇ ਲਈ ਬਲਜੀਤ ਸਰਨਾ ਦੀ ਰਿਪੋਰਟ।